ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਖੇਤੀਬਾੜੀ ਬਾਰੇ ਜਾਣਕਾਰੀ 'ਤੇ। ਸੋ ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਕਿ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਇੱਕ ਸਵੈਸ਼ਿਕ ਪ੍ਰਗਟਾਵਾ ਸਕੀਮ ਚਲਾਈ ਗਈ ਹੈ, ਜੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ, ਉਸ ਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਜੋ ਨਵੇਂ ਕਿਸਾਨ ਵੀਰ ਇਹ ਵੀਡੀਓ ਦੇਖ ਰਹੇ ਆ, ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਬੈੱਲ ਵਾਲਾ ਬਟਨ ਵੀ ਦਬਾ ਲੈਣ, ਤਾਂ ਜੋ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਤੁਹਾਨੂੰ ਕੁਝ ਲਾਭ ਮਿਲ ਸਕੇ। ਸੋ ਕਿਸਾਨ ਵੀਰੋ, ਗੱਲ ਕਰਦੇ ਹਾਂ ਇਸ ਸਕੀਮ ਬਾਰੇ। ਇਹ ਸਕੀਮ ਕਿਸਾਨ ਵੀਰੋ ਜੋ 26 ਅਗਸਤ ਤੋਂ ਲੈ ਕੇ 31 ਅਕਤੂਬਰ 2019 ਤੱਕ ਲਾਗੂ ਕੀਤੀ ਗਈ ਹੈ, ਅਤੇ ਇਹ ਸਕੀਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਹੈ, ਜਿਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਆ ਕਿ ਇਸ ਦੇ ਨਾਲ ਜੋ ਖੇਤੀਬਾੜੀ, ਘਰੇਲੂ ਅਤੇ ਵਪਾਰਕ ਤਿੰਨਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ। ਜਿਵੇਂ ਕਿ ਆਪਾਂ ਪਹਿਲਾਂ ਆਪਣਾ ਬਿਜਲੀ ਦਾ ਲੋਡ ਵਧਾਉਣਾ ਹੁੰਦਾ ਜੀ, ਭਾਵੇਂ ਘਰ ਦਾ ਲਗਾ ਲਓ, ਭਾਵੇਂ ਮੋਟਰਾਂ ਦਾ, ਅਤੇ ਭਾਵੇਂ ਕੋਈ ਵਪਾਰਕ ਕਿਸੇ ਨੇ ਸ਼ੈਲਰ ਲਗਾਏ ਹੁੰਦੇ ਆ, ਚੱਕੀਆਂ ਹੁੰਦੀਆਂ, ਜਾਂ ਕੋਈ ਹੋਰ ਆਪਣਾ ਕਾਰੋਬਾਰ ਹੋ ਰਿਹਾ ਹੁੰਦਾ, ਜੇ ਉਹ ਲੋਡ ਵਧਾਉਂਦੇ ਸੀ ਤਾਂ ਉਹਨਾਂ ਨੂੰ ਜ਼ਿਆਦਾ ਖਰਚ ਕਰਨਾ ਪੈਂਦਾ ਸੀ। ਜੋ ਤੁਸੀਂ ਵੀਡੀਓ ਵਿੱਚ ਫੋਟੋ ਵੀ ਦੇਖ ਰਹੇ ਹੋਗੇ ਕਿ ਖੇਤੀਬਾੜੀ ਦੇ ਪ੍ਰਤੀ BHP ਜੋ ਬ੍ਰੇਕ ਹਾਰਸ ਪਾਵਰ, ਜੋ ਆਪਾਂ ਮੋਟਰਾਂ ਹੁੰਦੀਆਂ 5 ਦੀ ਕਹਿ ਦਿੰਦੇ ਹਾਂ, ਜਾਂ 6 ਦੀ, 5 ਦੀ, 7 ਦੀ ਮੋਟਰ ਕਹਿ ਦਿੰਦੇ ਹਾਂ। ਅਤੇ ਕਿਸਾਨ ਵੀਰੋ, ਜਦੋਂ ਆਪਾਂ ਮੋਟਰ ਵਧਾਉਣੀ ਹੁੰਦੀ ਹੈ ਮੋਟਰ ਦਾ, ਅਤੇ ਆਪਾਂ ਨੂੰ ਉਸਦਾ ਲੋਡ ਵੀ ਵਧਾਉਣਾ ਹੁੰਦਾ ਟਰਾਂਸਫਾਰਮ ਦਾ, ਅਤੇ ਉਸ 'ਤੇ ਪਹਿਲਾਂ ਆਪਣਾ ਖਰਚਾ ਜੇ ਪ੍ਰਤੀ BHP ਵਧਾਉਂਦੇ ਸੀ ਤਾਂ ਆਪਾਂ ਨੂੰ 4750 ਰੁਪਈਏ ਆਉਂਦਾ ਸੀ ਖਰਚਾ, ਅਤੇ ਹੁਣ ਲਗਭਗ ਤਕਰੀਬਨ ਉਹ 50% ਆਪਾਂ ਨੂੰ ਘੱਟ ਦੇਣਾ ਪਵੇਗਾ ਉਸਦਾ ਖਰਚਾ। ਜੇ ਤੁਸੀਂ ਇੱਕ ਲੋਡ ਵਧਾਉਣਾ ਹੈ ਪ੍ਰਤੀ BHP, ਹੁਣ ਆਪਾਂ ਨੂੰ 2500 ਰੁਪਈਆ ਦੇਣਾ ਪਵੇਗਾ, ਜੋ ਕਿ ਪਹਿਲਾਂ ਆਪਾਂ ਨੂੰ 4750 ਰੁਪਈਏ ਦੇਣੇ ਪੈਂਦੇ ਸੀਗੇ। ਅਤੇ ਕਿਸਾਨ ਵੀਰੋ ਇਸੇ ਤਰ੍ਹਾਂ ਹੀ ਕਰਦਾ ਹੈ, ਜਿਵੇਂ ਕਿ ਆਪਣਾ ਘਰ ਲੋਡ ਵਧਾਉਣਾ ਹੈ ਘਰ ਦਾ, ਜੇ ਤੁਸੀਂ 2 ਕਿਲੋਵਾਟ ਤੋਂ ਉੱਪਰ ਕਰਵਾਉਣਾ ਹੈ ਤਾਂ ਪਹਿਲਾਂ 450 ਰੁਪਈਆ ਦੇਣਾ ਪੈਂਦਾ ਸੀ, ਹੁਣ 225। ਜੇ 2 ਤੋਂ ਲੈ ਕੇ 7 ਕਿਲੋਵਾਟ ਤੱਕ ਲੈ ਕੇ ਜਾਣਾ ਹੈ ਘਰ ਦਾ ਲੋਡ, ਤਾਂ ਪਹਿਲਾਂ 1000 ਰੁਪਈਆ ਦੇਣਾ ਪੈਂਦਾ ਸੀ ਅਤੇ ਹੁਣ 500 ਰੁਪਈਆ ਹੀ ਦੇਣਾ ਪਵੇਗਾ। ਇਸੇ ਤਰ੍ਹਾਂ ਹੀ ਹੋਰ ਵੀ ਆ ਕਿ ਜੇ ਤੁਸੀਂ 7 ਕਿਲੋਵਾਟ ਤੋਂ ਲੈ ਕੇ 50 ਕਿਲੋਵਾਟ ਤੱਕ ਸੀ ਤਾਂ ਤੁਸੀਂ 1500 ਰੁਪਈਆ ਦੇਣਾ ਸੀ, ਅਤੇ ਹੁਣ ਤੁਹਾਨੂੰ 750 ਰੁਪਈਆ ਦੇਣਾ ਪਵੇਗਾ। ਇਸੇ ਤਰ੍ਹਾਂ ਹੀ ਵਪਾਰਕ ਦੇ ਵਿੱਚ ਹੈ ਕਿ ਜੇ 7 ਕਿਲੋਵਾਟ ਤੱਕ ਤੁਸੀਂ ਲੋਡ ਲੈ ਕੇ ਜਾਣਾ ਹੈ ਤਾਂ ਪਹਿਲਾਂ 1000 ਰੁਪਈਆ ਦੇਣਾ ਪੈਂਦਾ ਸੀ, ਹੁਣ 500 ਰੁਪਈਏ। ਸੋ ਸਾਰੀਆਂ ਸਕੀਮਾਂ ਦੇ ਵਿੱਚ ਲਗਭਗ ਤਕਰੀਬਨ 50% ਆਪਾਂ ਨੂੰ ਘੱਟ ਸਰਵਿਸ ਕਨੈਕਸ਼ਨ ਚਾਰਜ ਦੇਣੇ ਪੈਣਗੇ। ਅਤੇ ਕਿਸਾਨ ਵੀਰੋ, ਜੋ ਵੀ ਇਹ ਖੇਤੀਬਾੜੀ, ਘਰੇਲੂ, ਵਪਾਰਕ ਖਪਤਕਾਰਾਂ ਦੇ ਲੋਡ ਵਧਾਉਣ ਲਈ ਜੋ ਟਰਾਂਸਫਾਰਮ ਅਤੇ ਲਾਈਨਾਂ ਸਮੇਤ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਪਸਾਰ ਪਹਿਲ ਦੇ ਆਧਾਰ 'ਤੇ ਜੋ ਪੰਜਾਬ ਦਾ ਜੋ ਬਿਜਲੀ ਮਹਿਕਮਾ ਹੈ ਉਸਦੇ ਵੱਲੋਂ ਵੀ ਇਹ ਸਾਰਾ ਖਰਚਾ ਕੀਤਾ ਜਾਵੇਗਾ, ਅਤੇ ਪਹਿਲ ਦੇ ਆਧਾਰ 'ਤੇ ਇਹ ਕੰਮ ਕੀਤਾ ਜਾਵੇਗਾ, ਜਲਦੀ ਹੀ ਇਹ ਕੰਮ ਕਰ ਦਿੱਤਾ ਜਾਵੇਗਾ। ਸੋ ਇਸ ਸਕੀਮ ਦਾ ਫਾਇਦਾ ਲੈਣ ਲਈ ਤੁਸੀਂ ਕਿਸਾਨ ਵੀਰੋ 26 ਅਗਸਤ ਤੋਂ ਲੈ ਕੇ 31 ਅਕਤੂਬਰ 2019 ਤੱਕ ਆਪਣੇ ਐਪਲੀਕੇਸ਼ਨ ਦੇ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਕਿ ਕਿੰਨੇ ਟਾਈਮ ਦੀ ਪ੍ਰੋਸੈਸ ਆ ਅਤੇ ਆਪਾਂ ਨੂੰ ਕੀ ਕੁਛ ਇਸ ਦੇ ਲਈ ਡਾਕੂਮੈਂਟੇਸ਼ਨ ਕਰਨੀ ਚਾਹੀਦੀ ਹੈ, ਉਹ ਤੁਸੀਂ ਆਪਣੇ ਨੇੜੇ ਦੇ ਜੋ ਤੁਹਾਨੂੰ ਨੇੜੇ ਬਿਜਲੀ ਘਰ ਲੱਗਦਾ ਹੈ ਜਾਂ ਸਬ ਸਟੇਸ਼ਨ ਲੱਗਦਾ ਹੈ ਉੱਥੇ ਜਾ ਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ, ਜਾਂ ਆਪਣੇ ਨੇੜੇ ਦੇ JEE ਨੂੰ ਵੀ ਮਿਲ ਸਕਦੇ ਹੋ। ਅਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜੋ PSPCL ਦੀ ਵੈਬਸਾਈਟ ਆ ਉੱਥੇ ਵੀ ਤੁਸੀਂ ਲੌਗਇਨ ਕਰਕੇ ਉੱਥੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਇਸ ਦੇ ਲੌਗਇਨ ਦੇ ਲਈ ਤੁਸੀਂ ਕਿਸਾਨ ਵੀਰੋ PSPCL.in 'ਤੇ ਲੌਗਇਨ ਕਰੋ, ਅਤੇ ਉੱਥੋਂ ਤੁਸੀਂ ਇਸ ਦੇ ਜੋ ਵੀ ਇਨਫੋਰਮੇਸ਼ਨ ਹੋਵੇਗੀ ਉਹ ਤੁਸੀਂ ਜਾਣਕਾਰੀ ਲੈ ਸਕਦੇ ਹੋ।
ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।